ਪੱਛਮ ਬੰਗਾਲ ਦੇ ਤੂਲਾਗੜ੍ਹ ਦੇ ਵਿੱਚ ਸੰਪਰਦਾਇਕ ਹਿੰਸਾ ਕਾਰਨ ਬੀਜੇਪੀ ਅਤੇ ਟੀਐਮਸੀ ਇੱਕ ਵਾਰ ਫਿਰ ਤੋਂ ਆਮੋ ਸਾਹਮਣੇ ਹਨ। ਬੀਜੇਪੀ ਨੇ ਤ੍ਰਿਣਮੂਲ ਉੱਤੇ ਸੂਬੇ ਨੂੰ ਬੰਬ ਫੈਕਟਰੀ ਬਣਾਉਣ ਦਾ ਇਲਜ਼ਾਮ ਲਾਇਆ। ਮੰਗਲਵਾਰ ਨੂੰ ਪੁਲਿਸ ਵੱਲੋਂ ਇੱਥੇ ਆਗੂਆਂ ਦੇ ਆਉਣ ਉੱਤੇ ਰੋਕ ਲਗਾ ਦਿੱਤੀ ਗਈ, ਜਿਸ ਨੂੰ ਲੈ ਕੇ ਕਿ ਬੀਜੇਪੀ ਨੇ ਇਹ ਇਲਜ਼ਾਮ ਲਗਾਇਆ ਕਿ ਪੁਲਿਸ ਵੀ ਸੂਬਾ ਸਰਕਾਰ ਦੇ ਇਸ਼ਾਰੇ ਉੱਤੇ ਹੀ ਕੰਮ ਕਰ ਰਹੀ ਹੈ। ਦੱਸ ਦਈਏ ਕਿ ਹਾਲਾਤ ਸੋਮਵਾਰ ਨੂੰ ਇੱਕ ਧਾਰਮਿਕ ਜਲੂਸ ਦੇ ਰਸਤੇ ਨੂੰ ਲੈ ਕੇ ਵਿਗੜੇ ਸਨ ਅਤੇ ਇਸ ਸੰਬੰਧ ਦੇ ਵਿੱਚ ਸਥਾਨਕ ਲੋਕਾਂ ਵੱਲੋਂ ਵੱਖ-ਵੱਖ ਬਿਆਨ ਦਿੱਤੇ ਜਾ ਰਹੇ ਨੇ।